ਸ਼ਹੀਦ ਦੀਪ ਸਿੱਧੂ ਦੀ ਕੀਤੀ ਕਮਾਈ ਇਸ ਮੋਰਚੇ ਵਿੱਚੋਂ ਬੋਲ ਰਹੀ ਹੈ। ਉਸ ਦਿਨ ਸੀ ਅਤੇ ਇੱਕ ਅੱਜ ਦਾ ਦਿਨ ਹੈ ਜਦੋਂ ਉਦੋਂ ਖਾਲਿਸਤਾਨ ਬਾਰੇ ਗੱਲ ਕਰਨ ਲੱਗੇ ਵੀ ਆਮ ਲੋਕ ਝਿਜਕਦੇ ਸੀ, ਪਰ ਅੱਜ ਜਦੋਂ ਪੱਤਰਕਾਰ ਇਹਨਾਂ ਹੀ ਲੋਕਾਂ ਅੱਗੇ ਮਾਈਕ ਕਰਕੇ ਸਵਾਲ ਪੁੱਛਦੇ ਆ ਕਿ ਤੁਹਾਡੀਆਂ ਮੰਗਾਂ ਕੀ ਨੇ, ਤਾਂ ਇਸ ਵਾਰ ਤਾਂ ਅੱਗਿਓਂ ਜਵਾਬ ਆਉਂਦਾ ਸਾਡਾ ਆਜ਼ਾਦ ਪੰਜਾਬ ਖਾਲਿਸਤਾਨ। ਕਿਉਂ ਮੰਗੀ ਖਾਲਿਸਤਾਨ ਤੋਂ ਸਫ਼ਰ ਸ਼ੁਰੂ ਹੋਇਆ ਅਤੇ ਅੱਜ ਲੋਕ ਕਹਿੰਦੇ ਅਸੀਂ ਕਿਉਂ ਨਾ ਮੰਗੀਏ ਖਾਲਿਸਤਾਨ। ਦੀਪ ਸਿੱਧੂ ਨੇ ਜੋ ਆਪਣੀ ਛਾਪ ਇਹਨਾਂ ਲੋਕਾਂ ਦੇ ਮਨਾਂ ਵਿੱਚ ਛੱਡਤੀ, ਉਹਦਾ ਹੀ ਛਿੱਟਾ ਆ ਕੇ ਨੌਜਵਾਨ ਟਰੈਕਟਰ 'ਤੇ ਦੀਪ ਦੀ ਫੋਟੋ 'ਤੇ ਬੁੱਲਾਂ 'ਤੇ ਦੀਪ ਦਾ ਨਾਮ ਲੈ ਕੇ ਮੋਰਚੇ 'ਚ ਵਿਚਰ ਰਹੇ ਨੇ। ਪਿਛਲੇ ਮੋਰਚੇ 'ਚ ਕਹਿੰਦੇ ਕਹਾਉਂਦਿਆਂ ਨੇ ਸ਼ਮੂਲੀਅਤ ਕੀਤੀ, ਪਰ ਇਤਿਹਾਸ ਜਦੋਂ ਦੁਬਾਰਾ ਦੁਹਰਾਇਆ ਜਾਵੇ ਤਾਂ ਉੱਥੇ ਜ਼ਿਕਰ ਕਿਸੇ ਦਾ ਵੱਧ ਹੁੰਦਾ ਹੈ। ਇਹ ਗੱਲ ਮਾਇਨੇ ਰੱਖਦੀ ਹੈ, ਤੇਰੇ ਕਿਰਦਾਰ 'ਤੇ ਤੇਰੀ ਸ਼ਹੀਦੀ ਦੇ ਸਵਾਲ ਚੁੱਕਣ ਵਾਲੇ ਵੀ ਅੱਜ ਗੋਡਿਆਂ ਵਿੱਚ ਸਿਰ ਦੇ ਕੇ ਰੋਂਦੇ ਹੋਣੇ। ਜਦੋਂ ਵੇਖਦੇ ਆ ਕਿ ਹਰ ਇੱਕ ਪੰਜਾਬ ਦਰਦੀ ਪੰਥ ਦਰਦੀ ਤੈਨੂੰ ਯਾਦ ਕਰਕੇ ਮੋਰਚੇ ਸਾਂਭ ਰਿਹਾ ਹੈ, ਕਹਿੰਦੇ ਕੋਈ ਤੁਹਾਡੇ ਜਾਣ ਤੋਂ ਬਾਅਦ 2 ਦਿਨ ਰੋ ਲੈਂਦਾ, ਹਫ਼ਤਾ 20 ਦਿਨ ਰੋ ਲੈਂਦਾ, ਪਰ ਮੁੜ ਕੇ ਫਿਰ ਕਦੀ ਰੋਂਦਾ ਨਹੀਂ। ਪਰ ਤੇਰੇ ਆਉਣ ਨਾਲੋਂ ਤੇਰਾ ਜਾਣਾ ਕਿੰਨਾ ਮਹਾਨ ਸੀ, ਅਤੇ ਲੋਕ ਅੱਜ ਵੀ ਤੇਰਾ ਨਾਮ ਲੈਂਦੇ ਨੇ, ਤਾਂ ਉਹਨਾਂ ਦਾ ਗੱਚ ਭਰ ਆਉਂਦਾ ਆ। ਮਰਦਾਂ ਨੂੰ ਰੋਣਾ ਸੋਭਦਾ ਨਹੀਂ, ਪਰ ਜੇ ਤੈਨੂੰ ਯਾਦ ਕਰੀਏ ਤਾਂ ਅੱਖਾਂ ਮੱਲੋ ਮੱਲੀ ਭਰ ਜਾਂਦੀਆਂ। ਜਦ ਪਹਿਲਾ ਟਰੈਕਟਰ ਬੋਰਡ 'ਤੇ ਪੁੱਜਾ ਤਾਂ ਉਹਦੇ ਉੱਪਰ ਤੇਰੀ ਤਸਵੀਰ ਲੱਗੀ ਅਤੇ ਅੱਗੇ ਕੇਸਰੀ ਨਿਸ਼ਾਨ ਸਾਹਿਬ। ਉਸ ਨੌਜਵਾਨ ਨੇ ਆਖਿਆ ਅੱਜ ਦੀਪ ਬਾਈ ਦੀ ਯਾਦ ਆ ਰਹੀ ਹੈ। ਜਦ ਇਹੋ ਜਿਹੇ ਵਿੱਚ ਵਰਤਾਰੇ ਹੋਣ ਤਾਂ ਤੇਰੇ ਕਹਿਣ ਵਾਂਗ ਸਮਝ ਜਾਣਾ ਚਾਹੀਦਾ ਹੈ ਕਿ ਇਸ ਮੋਰਚੇ ਦੀ ਅਗਵਾਈ ਖੁਦ ਅਕਾਲ ਪੁਰਖ ਕਰ ਰਿਹਾ, ਕਿਉਂਕਿ ਅਕਾਲ ਪੁਰਖ ਕਦੇ ਆਪਣੇ ਸੱਚੇ ਬੰਦੇ ਨੂੰ ਦੁਨੀਆਂ ਦੇ ਦਿਲਾਂ ਵਿੱਚੋਂ ਨਿਕਲ ਨਹੀਂ ਦਿੰਦਾ। ਮੁੜ ਮੁੜ ਕੇ ਚੇਤੇ ਆਵੇਂਗਾ ਵੇ ਦਿਲਾਂ ਦੇ ਅਜਾਨੀਆਂ, ਇੱਥੋਂ ਤੀਕ ਲੈ ਗਿਆ, ਸਭ ਤੇਰੀਆਂ ਮਿਹਰਬਾਨੀਆਂ, ਸਭ ਤੇਰੀਆਂ ਮਿਹਰਬਾਨੀਆਂ ਬਈ।